ਸਲਾਮ ਵਾਲੇਕਮ ਕਹਿੰਦੇ ਸ਼ੌਰ ਆ ਗਿਆ ਹਰਥੈਂ ਪ੍ਰਾਈਵੇਟ ਸਕੂਲ ਖੁੱਲ ਗਏ ਤੇ ਜੰਗਲ ਦੇ ਜਾਨਵਰਾਂ ਨੇ ਕਿਹਾ ਵੀ ਅਸੀਂ ਵੀ ਕੋਈ ਆਪਣੇ ਨਿਆਣੇ ਪੜ੍ਹਾ ਲਈਏ ਉਹਨਾਂ ਵੀ ਕੋ ਮਾਸਟਰ ਰੱਖ ਲਿਆ ਤੇ ਵਿੱਚੋਂ ਆਪਸ ਚ ਪੜ੍ਹਨਾ ਸੀ ਹੋਰ ਉਹਨਾਂ ਨੇ ਕਿਹੜਾ ਇਨਸਾਨ ਨੂੰ ਸੱਜਣਾ ਸੀਗਾ ਬਾਂਦਰ ਨੂੰ ਡਾਕਟਰ ਬਣਾ ਲਿਆ ਰੱਬ ਦਾ ਕਰਨਾ ਹੋਇਆ ਹੋਇਆ ਲੂੰਬੜੀ ਬਿਮਾਰ ਹੋ ਗਈ ਉਹ ਲੱਗੇ ਡਾਕਟਰ ਸਾਹਿਬ ਦੇ ਕੋਲ ਹੁਣ ਡਾਕਟਰ ਸਾਹਿਬ ਆ ਕੇ ਉਹਦੀ ਨਬਜ ਦੇਖਣ ਤਾਂ ਕਦੀ ਇੱਕ ਰੁੱਖ ਤੇ ਚੜ ਜਾਣ ਫੇ ਉਧਰ ਆਣ ਤਾਂ ਦੂਜੇ ਤੇ ਚੜ ਜਾਣ ਕਿਸਾ ਮੁਖਤਸਰ ਉਹ ਵਿਚਾਰੀ ਜਿਹੜੀ ਆ ਮਰ ਗਈ ਜਾਨਵਰ ਰੋਂ ਪਿੱਟਣ ਲੱਪੇ ਉਹਨੇ ਕਿ ਡਾਕਟਰਾਂ ਤਿੰਨ ਇੰਨਾ ਖਰਚਾ ਕੀਤਾ ਸਾਰੇ ਜੰਗਲ ਦੀਆਂ ਤਿਰਤੇ ਉਮੀਦਾਂ ਸੀ ਤੂੰ ਤਾਂ ਪਹਿਲਾਂ ਹੀ ਮਰੀਜ਼ ਮਾਰਤਾ ਉਹ ਕਹਿੰਦਾ ਯਾਰ ਇਸ ਗੱਲ ਨੂੰ ਤੁਸੀਂ ਛੱਡੋ ਤੁਸੀਂ ਮੈਨੂੰ ਇਹ ਦੱਸੋ ਪੇ ਮੈਂ ਕੋਸ਼ਿਸ਼ ਘੱਟ ਕੀਤੀ ਮੈਂ ਕੋ ਨਸਿਆ ਭਜਿਆਂ ਘੱਟਾਂ ਕਿੰਨੀ ਮੈਂ ਪਾਜ ਲਈ ਰੱਬ ਦੀ ਰਜ਼ਾਇਨ ਮਰਨਾ ਸੀ ਮਰ ਗਿਆ ਉਹ ਜੀ ਇਸੇ ਤਰ੍ਹਾਂ ਦੀ ਗੱਲ ਆ ਸਾਡੇ ਕੋਸ਼ਿਸ਼ ਕੀਤੀ ਪਹਿਲਾਂ ਇੱਕ ਸਰਕਾਰ ਆਈ ਫਿਰ ਦੂਜੀ ਸਰਕਾਰ ਆਈ ਹੁਣ ਲੈ ਆਂਦੀ ਡਾਕਟਰ ਪਾਉ ਸਰਕਾਰ ਇਹ ਵੀ ਸਾਡੀ ਡਾਕਟਰ ਜਿਆ ਪੜ੍ਹੀ ਲਿਖੀ ਸਰਕਾਰ ਇਹ ਕਦੀ ਜਹਾਜ਼ਾਂ ਤੇ ਚੜ ਕੇ ਕਿਤੇ ਨੂੰ ਚਲੇ ਜਾਂਦੀ ਆ ਕਦੀ ਕਿਤੇ ਨੂੰ ਚਲੇ ਜਾਂਦੀ ਆ ਤੇ ਜ਼ਰਾਤ ਨੂੰ ਕਹਿੰਦੇ ਆ ਕਿ ਰੀੜ ਦੀ ਹੱਡੀ ਆ ਮੁਲਕ ਦੇ ਵਿੱਚ ਗਿਣੀਆਂ ਚੁਣੀਆਂ ਖਾਦਦੀਆਂ ਫੈਕਟਰੀਆਂ ਬਾਹਰੋਂ ਵੀ ਖਾਦ ਆਂਦੀ ਉਹ ਵੀ ਜਹਾਜ਼ਾਂ ਤੋਂ ਗਿਣ ਕੇ ਟਨਾਂ ਦੇ ਹਿਸਾਬ ਨਾਲ ਲਾਂਦੇ ਆ ਇੱਥੇ ਆ ਕੇ ਉਹ ਖਾਦ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਜਾਂਦੀ ਆ ਕੰਪਿਊਟਰ ਦਾ ਦੌਰ ਆ ਇਹ ਸਾਨੂੰ ਆਣੀਆਂ ਜਾਣੀਆਂ ਦਿਖਾਲਣਗੇ ਆ ਦੇਖੋ ਦਿਨ ਕਿਹੜੇ ਆ ਗਏ ਆ ਨਵੰਬਰ ਜਿਹੜਾ ਅੱਧ ਦੇ ਵਿੱਚ ਆ ਗਿਆ ਆ ਡੀਏਪੀ ਬਲੈਕ ਦੇ ਵਿੱਚ ਲੱਭਣ ਡਈ ਆ ਇਹਨਾਂ ਦੇ ਕੰਟਰੋਲ ਰੇਟ ਤੋਂ ਡਬਲ ਤੇ ਲੱਭਣ ਡਈ ਆ ਨਾਈਟਰੋ ਫਾਸਟ ਦਾ ਵੀ ਇਹੀ ਹਾਲ ਹੈ ਦੂਜੀਆਂ ਵੀ ਸਾਰੀਆਂ ਯੂਰੀਆ ਹਜੇ ਤੱਕ ਲੱਭਣ ਨਹੀਂ ਡਈ ਮੰਨਿਆ ਤੁਸੀਂ ਬਹੁਤਾ ਪੜ੍ਹ ਲਿਖ ਗਏ ਆ ਤੁਸੀਂ ਜਿਆਦਾ ਹੋ ਗਏ ਆ ਨਾ ਆਣੀਆਂ ਜਾਣੀਆਂ ਵੀ ਹੋ ਗਈਆਂ ਕੁਛ ਖਿਆਲ ਕਰੋ ਯਾਰ ਹੱਸਦੇ ਰਹੋ ਤਵਸਦੇ ਰਹੋ ਸ਼ਾਦ ਰਹੋ ਤੇ ਆਬਾਦ ਰਹੋ ਅੱਲਾਹ ਤਾਲਾ ਸਭ ਨੂੰ ਆਸਾਨੀਆਂ عطا فرمਾਏ ਔਰ ਆਸਾਨੀਆਂ ਵੰਡਣ ਦਾ ਸ਼ਰਫਤ ਆ ਫਰਮਾਇਆ ਪਾਕਿਸਤਾਨ ਜ਼ਿੰਦਾਬਾਦ